ਇੱਕ ਸੁੱਤੇ ਪਏ ਸ਼ਖਸ ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਣਾ ਬਣਦਾ ਹੈ ਕਿ 31 ਜੁਲਾਈ ਨੂੰ ਹੀ ਇਸ ਸ਼ਖਸ ਨੇ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਇਸ ਵਿਅਕਤੀ ਦੇ ਨਾਲ ਇਹ ਭਾਣਾ ਵਾਪਰ ਗਿਆ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਇਹ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਫੁੱਲੋਂ ਵਾਲਾ ਡੋਗਰਾ ਤੋਂ ਸਾਹਮਣੇ ਹੈ, ਜਿੱਥੇ ਇਸ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਬਦਮਾਸ਼ਾਂ ਨੇ ਕਤਲ ਕਰ ਦਿੱਤਾ। ਬਦਮਾਸ਼ਾਂ ਨੇ ਇਸ ਵਿਅਕਤੀ ਤੇ ਹਮਲਾ ਉਸ ਵੇਲੇ ਕੀਤਾ ਜਦੋਂ ਇਹ ਘਰ ਦੇ ਬਾਹਰ ਸੌ ਰਿਹਾ ਸੀ ਤੇ ਸੁੱਤੇ ਪਏ ਤੇ ਹੀ ਅਣਪਛਾਤਿਆਂ ਨੇ ਹਮਲਾ ਕੀਤਾ, ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਵਿਅਕਤੀ ਦਾ ਨਾਮ ਲਾਭ ਸਿੰਘ ਹੈ, ਜੋ ਇੱਕ ਕੰਪਨੀ ਦੇ ਵਿੱਚ ਕਰਮਚਾਰੀ ਸੀ ਅਤੇ ਉਸਨੇ 31 ਜੁਲਾਈ ਨੂੰ ਹੀ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਸਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਸਾਨੂੰ ਸਵੇਰੇ ਸੂਚਨਾ ਮਿਲੀ ਸੀ ਫੁੱਲੋਆ ਡੋਗਰਾ ਵਿੱਚ ਲਾਭ ਸਿੰਘ ਜਿਹੜੇ ਹੈਗੇ ਆ ਉਹਨਾਂ ਦਾ ਕਿਸੇ ਵਿਅਕਤੀ ਨੇ ਤੇਜ਼ਧਾਰ ਕਤਲ ਕਰਤਾ ਤੇ ਮੌਕੇ 'ਤੇ ਜਾ ਕੇ ਅਸੀਂ ਸ਼ਾਮਿਲ ਕੀਤੀ ਹੈ। ਉੱਥੇ ਜਾ ਕੇ ਉਸਦੇ ਬੇਟੇ ਦੇ ਬਿਆਨ ਦੇ ਉੱਪਰ FIR ਨੰਬਰ 162 ਅੰਡਰ ਸੈਕਸ਼ਨ 103 BNS ਤੇ 35 BNS ਦੇ ਅੰਦਰ ਨਾਮੁਲੂਕ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੈ, ਜੋ ਇਹ ਪੁਲਿਸ ਨੇ ਆਪਣੇ ਟੀਮਾਂ ਬਣਾ ਕੇ ਵੱਖਰੇ ਵੱਖਰੇ ਜਿਹੜੇ ਪਹਿਲੂਆਂ 'ਤੇ ਇਸ ਤਫਤੀਸ਼ 'ਚ ਗੌਰ ਕਰ ਰਹੀ ਹੈ। ਜਿਵੇਂ ਵੀ ਕੋਈ ਨਵੀਂ ਗੱਲ ਸਾਹਮਣੇ ਆਊਗੀ ਉਸ ਬਾਰੇ ਅੱਗੇ ਫਿਰ ਤੁਸੀਂ ਦੱਸਿਆ ਜਾਵੇਗਾ।